अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके नोटिफिकेशंस को ऑन कर लीजिए फॉर फ्यूचर अपडेट्स के लिए हेलो फ्रेंड्स आप जीता मेरे YouTube चैनल में बहुत-बहुत स्वागत है आज की वीडियो के बीच हम डिस्कस करेंगे कि जो ईटीटी दी एग्जाम दी डेट है वो अनाउंस हो चुकी है अते ओदे नाल नाल और भी तीन चार जड़े पब्लि नोटिस है वो वेबसाइट पे रिलीज हुए हैं ਸਭ ਤੋਂ ਪਹਿਲੇ ਮੈਂ ਦੇਖੋ ਜੀ ਕੋਈ ਵੀ ਵੀਡੀਓ ਅਪਲੋਡ ਕਰਦਾ ਹੈ ਵਿਦ ਪ੍ਰੂਫ ਅਪਲੋਡ ਕਰਦਾ ਹੈ ਕਾਫੀ ਜ਼ਿਆਦਾ ਕੈਂਡੀਡੇਟਸ ਦੀ ਕਿਉਰੀ ਆਂਦੀ ਹੈ ਕਿ ਇਹ ਨੋਟਿਸ ਵੈਰਾ ਕਿੱਥੇ ਆ ਪਬਲਿਕ ਨੋਟਿਸ ਸ਼ੋ ਕਰੋ ਤੋਂ ਸਭ ਤੋਂ ਪਹਿਲੇ ਆਪਾਂ ਉਹ ਹੀ ਦੇਖ ਲੈਣੇ ਕਿ ਜਿਹੜੇ ਪਬਲਿਕ ਨੋਟਿਸ ਵੈਰਾ ਅਪਡੇਟ ਹੁੰਦੇ ਆ ਉਹ ਤੁਸੀਂ ਕਿੱਥੋਂ ਚੈੱਕ ਕਰਨੇ ਆ ਸੋ ਉਹਦੇ ਲਈ ਤੁਸੀਂ ਆਪਣੇ ਮੋਬਾਈਲ 'ਚ ਜਾਂ ਆਪਣਾ ਲੈਪਟਾਪ ਡੈਸਕਟਾਪ ਜੋ ਵੀ ਤੁਹਾਡੇ ਕੋਲ ਹੈਗਾ ਬ੍ਰਾਊਜ਼ਰ ਤੇ ਜਾਓ ਉੱਥੇ ਫਿਲ ਕਰ ਦਿਓ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਵੈਬਸਾਈਟ ਤੇ ਜਾ ਕੇ ਜੋ ਵੀ ਲੇਟੈਸਟ ਅਪਡੇਟ ਆਂਦੀ ਹੈ ਲੇਟੈਸਟ ਸਰਕੂਲਰ ਦੇ ਵਿੱਚ ਆ ਜਾਂਦੀ ਹੈ ਇਹ ਤੁਸੀਂ ਦੇ ਪਹਿਲਾ ਹੈ ਜੀ ਰਿਗਾਰਡਿੰਗ ਕਰੈਕਸ਼ਨ ਪੈਨਲ ਜੋ ਕਿ ਅਸਲ ਤੋਂ 3 ਦਿਨ ਪਹਿਲੇ ਦਾ ਓਪਨ ਹੋ ਗਿਆ ਹੈ ਉਹਦੇ ਰਿਗਾਰਡਿੰਗ ਮੈਂ ਕਾਫੀ ਜ਼ਿਆਦਾ ਵੀਡੀਓਜ਼ ਅਪਡੇਟ ਕੀਤੀਆਂ ਜੋ ਕਿ ਟੱਟ ਲਈ ਕਾਫੀ ਜ਼ਿਆਦਾ ਯੂਸਫੁਲ ਹੋਣਗੀਆਂ ਤੁਸੀਂ ਉਹ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਐਕਸਟੈਂਸ਼ਨ ਹੈ ਹੋਈ ਹੈ ਇਹਨਾਂ ਦੀ ਜਿਹੜੀ ਡੇਟ ਦੀ ਉਹ ਵੀ ਮੈਂ ਐਕਸਪਲੇਨ ਕਰ ਦਿੱਤੀ ਹੋਈ ਪ੍ਰੀਵੀਅਸ ਵੀਡੀਓ ਦੇ ਵਿੱਚ ਲੇਕਿਨ ਜਿਹੜੀ ਮੇਨ ਚੀਜ਼ ਹੈ ਉਹ ਹੈ ਆਹ ਵਾਲੀ ਪਬਲਿਕ ਨੋਟਿਸ ਰਿਗਾਰਡਿੰਗ ਐਗਜ਼ਾਮ ਫੋਰ ETT ਠੀਕ ਹੈ ਟੀਚਰਸ ਉੱਪਰ ਕਰੈਕਸ਼ਨ ਹੈ ਉੱਪਰ ਐਕਸਟੈਂਸ਼ਨ ਹੈ ਗਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਨੈਕਸਟ ਸ ਠੀਕ ਹੈ ਜੀ ਰਿਕਰੂਟਮੈਂਟ ਆਫ 164 ਫਾਰ ਈਟੀਟੀ ਟੀਚਰਸ ਠੀਕ ਹੈ ਸਾਰਾ ਦਿਖ ਰਹੇ ਆ ਸੋ ਸਭ ਤੋਂ ਪਹਿਲੇ ਨੋਟਿਸ ਹੈ ਜਿਹੜਾ ਇੱਥੇ ਸ਼ੋਧ ਪੱਤਰ ਹੈ ਸਭ ਤੋਂ ਜਿਹੜਾ ਮੇਨ ਹੈ ਇਹਦੇ ਵਿੱਚ ਦੇਖ ਲੋ ਜੀ ਮੇਨ ਵੈਸੇ ਇਹ ਹੈ ਜੀ ਆਹ ਵਾਲਾ ਜਿਹੜਾ ਤੁਹਾਡੇ ਸਾਹਮਣੇ ਡਿਸਪਲੇ ਕਰਨ ਲੱਗਾ ਮੈਂ ਦਿੱਤਾਉਂ ਡਿਸਪਲੇ ਕਰ ਦਿੰਨਾ ਦਿਸ ਵਨ ਠੀਕ ਹੈ ਜੀ ਦਿਸ ਵਨ ਇਹਦੇ ਵਿੱਚ ਦੇਖ ਲੈਣੇ ਆ ਆਹ ਦਿਸ ਵਨ ਹੈ ਜੀ ਇਹਦੇ ਵਿੱਚ ਜਿਹੜੀ ਪੇਪਰ ਦੀ ਡੇਟ ਹੈ ਉਹ ਅਨਾਉਂਸ ਹੋ ਗਈ ਈਟੀਟੀ ਵਾਲਿਆਂ ਦੀ 29 11 2020 ਦਿਨ ਐਤਵਾਰ ਨੂੰ ਤੁਹਾਡਾ ਐਗਜ਼ਾਮ ਹੈ ਟਾਈਮਿੰਗ ਰਹੂਗੀ ਸਵੇਰੇ 10:00 ਤੋਂ ਲੈ ਕੇ 11:40 ਤੱਕ 100 ਮਿੰਟ ਦਾ ਇਗਜ਼ਾਮ ਹੋਊਗਾ ਮਿੰਟੂ ਸੇ ਹਾਂ 1 ਘੰਟਾ 40 ਮਿੰਟ ਦਾ ਇਗਜ਼ਾਮ ਹੋਊਗਾ ਟੈਸ ਦਾ ਸਥਾਨ ਜਿਹੜਾ ਵੀ ਕੁਛ ਹੈ ਰੋਲ ਨੰਬਰ ਜਲਦੀ ਹੀ ਵੈਬਸਾਈਟ ਤੇ ਅਪਡੇਟ ਕੀਤੇ ਆਣਗੇ ਤੁਸੀਂ ਉੱਥੋਂ ਇਹ ਰੋਲ ਨੰਬਰ ਸਵੇਰਾ ਡਾਊਨਲੋਡ ਕਰ ਸਕਦੇ ਹੋ ਪਹਿਲੀ ਗੁੱਡ ਨਿਊਜ਼ ਈਟੀਟੀਡੀ ਵਾਲਿਆਂ ਵਾਸਤੇ ਅਗਰ ਗੱਲ ਕਰਾਂ ਮੈਂ ਮਾਸਟਰ ਕੈਡਰ ਦੀ ਉਹਦਾ ਵੀ ਜਲਦੀ ਹੀ ਜਿਹੜੇ ਡੇਟਸ ਆ ਰਿਲੀਜ਼ ਹੋ ਜਾਣੀਆਂ ਬਿਕੋ 6 ਤਰੀਕ ਨੂੰ ਹੈਗਾ ਜੀ ਪੀ ਪੀਐਸਸੀ ਪ੍ਰਿੰਸੀਪਲ ਦੀਆਂ ਪੋਸਟਾਂ ਵਿੱਚ ਵੈਕੈਂਸੀਜ਼ ਫਿਲ ਕੀਤੀਆਂ ਸੀ ਕੈਂਡੀਡੇਟਸ ਨੇ ਹੋਦਾ ਐਗਜ਼ਾਮ ਹੈ 6 ਤੋਂ ਬਾਅਦ ਮੇ ਅਕੋਰਡਿੰਗ ਜਲਦੀ ਹੀ ਰਿਲੀਜ਼ ਹੋ ਜਾਣੀ ਆ ਜੋ ਮਾਸਟਰ ਕੈਡਰੀ ਡੇਟ ਹੈ ਨੈਕਸਟ ਜੀ ਸਰਕੂਲਰ ਅਪਡੇਟ ਹੋਇਆ ਜੀ ਸ਼ੋਧ ਪੱਤਰ ਇਹਦੇ ਵਿੱਚ ਹੈ ਜੀ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ 28/2/2020 ਨੂੰ 2182 ਠੀਕ ਹੈ ਜੀ ਜੋ ਕਿ ਹੁਣ 3704 ਮਾਸਟਰ ਕੈਡਰ ਦੀਆਂ ਪੋਸਟਾਂ ਪਰੰਸ ਸੰਬੰਧੀ ਵਿਗਿਆਪਨ ਦਿੱਤਾ ਗਿਆ ਸੀ ਜਿਸ ਵਿੱਚ ਜ਼ਰੂਰੀ ਤਰੀਕਾਂ ਠੀਕ ਹੈ ਜੀ ਸਿਲੇਬਸ ਦੀਆਂ ਹੇਠਾਂ ਲਿਖਿਆਂ ਅਨੁਸਾਰ ਉਪਲਬਧ ਸੀ ਪਹਿਲਾ ਉਮੀਦਵਾਰ ਆਨਲਾਈਨ ਰਜਿਸਟਰੇਸ਼ਨ ਕਰੇਗਾ ਸੋਹੀ ਹੈ ਜੀ ਦੱਸਿਆ ਹੋਇਆ 150 ਵੈਰਾ 150 ਸਾਰਾ ਕੋ ਦੱਸਿਆ ਪਹਿਲੇ ਐਕਸਪਲੇਨ ਕੀਤਾ ਹੋਇਆ ਮੈਂ ਲਿਖੋ ਜੀ ਹੁਣ ਇਸ ਵਿੱਚ ਛੇੜ ਲਿਖਿਆ ਅਨੁਸਾਰ ਅੰਸ਼ਿਕ ਸ਼ੋਧ ਕੀਤੀ ਜਾਂਦੀ ਹੈ ਪਹਿਲਾ ਉਮੀਦਵਾਰ ਆਨਲਾਈਨ ਰਜਿਸਟਰੇਸ਼ਨ ਕਰੇਗਾ ਆਨਲਾਈਨ ਅਪਲਾਈ ਕਰੇਗਾ ਜਿਸ ਦੀ ਆਖਰੀ ਤਰੀਕ ਮਿਤੀ 3 11 2020 ਸ਼ਾਮ 5 ਵਜੇ ਤੱਕ ਹੋਵੇਗੀ ਠੀਕ ਹੈ ਜੀ ਅਪਡੇਸ਼ਨ ਕੀਤੀ ਹੈ ਫਾਰਮ ਤੋਂ ਸੀ ਕਿਵੇਂ ਫਿਲ ਕਰਨਾ ਹੈ ETT ਪਲੱਸ ਮਾਸਟਰ ਕੈਡਰ ਦਾ ਕਰੈਕਸ਼ਨ ਵਾਰਾ ਕਿਵੇਂ ਕਰਨੀ ਆ ਫੋਟੋ ਕਿੱਦਾਂ ਦੀ ਟਾਡੀ ਅਪਲੋਡ ਕਿੱਦਾਂ ਕਰਨੀ ਕਨਵਰਟ ਕਿੱਦਾਂ ਕਰਨੀ ਆ ਇਹ ਸਾਰੀ ਵੀਡੀਓਜ਼ ਮੈਂ ਟੂਰਲੀ ਪਹਿਲੇ ਤੋਂ ਬਣਾ ਕੇ ਅਪਲੋਡ ਕੀਤੀਆਂ ਹੋਈਆਂ ਤੁਸੀਂ ਉਹਨਾਂ ਦੇਖ ਸਕਦੇ ਹੋ ਇੱਥੇ ਨੋਟ ਦੱਸਿਆ ਹੋਇਆ ਜੇਕਰ ਫਿਊਚਰ ਵਿੱਚ ਆਨਲਾਈਨ ਅਪਲਾਈ ਕਰਨ ਦੀ ਮਿਤੀ ਵਿੱਚ ਵਾਤਾ ਕੀਤਾ ਜਾਂਦਾ ਹੈ ਤਾਂ ਉਹ ਆਖਰੀ ਸਮਝੀ ਜਾਵੇਗੀ ਜਿਹਦਾ ਆਖਰੀ ਦੱਸੀ ਹੋਈ ਹੈ ਨਾ 3 11 2020 ਬਾਕੀ ਸ਼ਰਤਾਂ ਅਤੇ ਬਾਨਾ ਪਹਿਲਾਂ ਦਿੱਤੇ ਵਿਗਿਆਪਨ ਵਾਲੀਆਂ ਹੀ ਰਹਿਣਗੀਆਂ ਸੋ ਸੈਕੰਡ ਇਹਨਾਂ ਦਾ ਸਰਕੂਲਰ ਸੀਗਾ ਇੱਕ ਖੋਦ ਪੱਤਰ ਸੀਗਾ ਜੋ ਵੈਬਸਾਈਟ ਤੇ ਅਪਡੇਟ ਕੀਤਾ ਗਿਆ ਸੀਗਾ ਇਹ ਹੈ ਜੀ 3 ਤੁਸੀਂ ਦੇਖ ਸਕਦੇ ਹੋ 27 ਤਰੀਕ ਨੂੰ ਇਹ ਅਪਡੇਟ ਹੋਇਆ ਮਿੰਟੂ ਸੇ ਅੱਜ ਹੀ ਅਪਡੇਟ ਹੋਇਆ ਹੈ ਨੈਕਸਟ ਵਨ ਹੈ ਜੀ ਪਬਲਿਕ ਨੋਟਿਸ ਹੈ ਸਿੱਖਿਆਪੜਤੀ ਡਾਇਰੈਕਟੋਰੇਟ ਪੰਜਾਬ ਠੀਕ ਹੈ ਜੀ ਸੌਨ ਉਸ ਤੋਂ ਬਾਅਦ ਸੌਨ ਦੱਸਿਆ ਮੇਨ ਚੀਜ਼ ਮੈਂ ਤੁਹਾਨੂੰ ਰੀਡ ਕਰ ਦੇਣਾ ਇਸ ਸੰਬੰਧੀ ਬਹੁਤ ਸਾਰੀਆਂ ਉਮੀਦਵਾਰਾਂ ਵੱਲੋਂ ਵਿਭਾਗ ਨੂੰ ਉਹਨਾਂ ਦੇ ਅਪਲਾਈ ਕੀਤੇ ਵੇਰਵਿਆਂ ਵਿੱਚ ਸ਼ੋਧ ਕਰਨ ਸੰਬੰਧੀ ਈਮੇਲ ਠੀਕ ਹੈ ਜੀ ਦੈਨ ਸੌਨ ਪ੍ਰਾਪਤ ਹੋ ਰਹੀਆਂ ਹਨ ਇਸ ਲਈ ਵਿਭਾਗ ਵੱਲੋਂ ਮਿਤੀ 2/11 2020 ਨੂੰ ਦੁਪਹਿਰ 12 ਵਜੇ ਤੱਕ ਮਿਤੀ 3/11 ਤੱਕ ਦੁਪਹਿਰ 12 ਵਜੇ ਤੱਕ ਉਮੀਦਵਾਰ ਦਾ ਡਾਟਾ ਅਨਲੌਕ ਕਰ ਦਿੱਤਾ ਜਾਵੇਗਾ ਮਿੰਟੂ ਸੇ ਕੋਰੈਕਸ਼ਨ ਪੈਨਲ ਓਪਨ ਕਰ ਦਿੱਤਾ ਹੈ ਡਾਟੇ ਨੂੰ ਅਨਲੌਕ ਕੀਤਾ ਡਿਸਪਰੂਵ ਕੀਤਾ ਹੋਇਆ ਤੁਸੀਂ ਸਾਰਿਆਂ ਨੇ ਉਹਦੇ ਵਿੱਚ ਕੋਰੈਕਸ਼ਨ ਕਰਨੀ ਹੈ ਅਗਰ ਕੋਈ ਕੋਰੈਕਸ਼ਨ ਕੋਈ ਨਹੀਂ ਹੈ ਤੁਸੀਂ ਜਸਟ ਆਪਣੇ ਡਾਟੇ ਨੂੰ ਅਪਰੂਵ ਕਰਨਾ ਇੰਪੋਰਟੈਂਟ ਨੋਟਿਸ ਦਿਖ ਲਿਆ ਉੱਤੇ ਹਾਈਲਾਈਟ ਕੀਤਾ ਹੋਇਆ ਲਾਸਟ ਵਿੱਚ ਮੈਂ ਤੁਹਾਨੂੰ ਐਕਸਪਲੇਨ ਕਰਨਾ ਹੈ ਉਮੀਦਵਾਰ ਆਪਣੇ ਵੇਰਵਿਆਂ ਵਿੱਚ ਇਸ ਸਮੇਂ ਦੌਰਾਨ ਸ਼ੋਧ ਕਰਕੇ ਡਾਟਾ ਲਾਕ ਅਪਰੂਵ ਕਰਨ ਯਕੀਨੀ ਬਣਾਉਣਗੇ ਸਪੈਸ਼ਲੀ ਕਿ ਆ ਯਕੀਨੀ ਬਣਾਉਣਗੇ ਨਾਉ ਇੰਪੋਰਟੈਂਟ ਚੀਜ਼ ਜਿਹੜੀ ਅਪਲਾਈ ਕੀਤੇ ਫਾਰਮ ਦਾ ਡਾਟਾ ਹਰੇਕ ਉਮੀਦਵਾਰ ਵੱਲੋਂ ਲਾਕ ਅਪਰੂਵ ਕਰਨਾ ਲਾਜ਼ਮੀ ਹੋਵੇਗਾ ਕਾਫੀ ਜ਼ਿਆਦਾ ਕੈਂਡੀਡੇਟਸ ਦਾ ਕਹਿਣਾ ਹੈ ਕਿ ਆਫਟਰ ਲਾਸਟ ਡੇਟ ਜਦੋਂ ਹੋਣੀ ਹੈ ਦੀ ਕਰੈਕਸ਼ਨ ਪੈਨਲ ਦੀ ਡਾਟਾ ਆਟੋਮੈਟਿਕ ਅਪਰੂਵ ਹੋ ਜਾਣਾ ਸੋ ਫਿਲਹਾਲ ਨਹੀਂ ਹੋਣਾ ਇਹਨਾਂ ਨੇ ਸਪੈਸ਼ਲ ਦੇਖੋ ਸਾਰੀਆਂ ਚੀਜ਼ਾਂ ਇੱਥੇ ਛੱਡ ਕੇ ਇਹ ਚੀਜ਼ ਬੋਲਡ ਕੀਤੀ ਹੋਈ ਹੈ ਮੋਟੀ ਕੀਤੀ ਹੋਈ ਸਪੈਸ਼ਲੀ ਦੇਖੋ ਬਲੈਕ ਜ਼ਿਆਦਾ ਹੈ ਅਪਲਾਈ ਕੀਤੇ ਫਾਰਮ ਦਾ ਡਾਟਾ ਹਰੇਕ ਉਮੀਦਵਾਰ ਵੱਲੋਂ ਲਾਕ ਐਪਰੂਵ ਕਰਨਾ ਲਾਜ਼ਮੀ ਹੈ ਕੰਪਲਸਰੀ ਹੈ ਸਪੈਸ਼ਲ ਦਿਖੋ ਮੈਂ ਦੋ ਵਾਰ ਲਾਈਨ ਰਿਪੀਟ ਇਹਨੂੰ ਪਲੀਜ਼ ਸੀਰੀਅਸਲੀ ਲਿਓ ਇਸ ਤੋਂ ਇਲਾਵਾ ਜੇਕਰ ਕਿਸੇ ਉਮੀਦਵਾਰ ਦੀ ਫੀਸ ਕਨਫਰਮ ਨਹੀਂ ਹੋਈ ਤਾਂ ਉਹ ਆਪਣਾ ਬੈਂਕ ਵਿੱਚ ਭਰਿਆ ਚਲਾਨ ਫਾਰਮ ਵਿਭਾਗ ਦੀ ਈਮੇਲ ਠੀਕ ਹੈ ਜੀ ਆਈਡੀ ਜੋ ਕਿ ਚਲਾਨ@punjabeducation.gov.in ਤੇ ਭੇਜ ਸਕਦੇ ਨੇ ਠੀਕ ਹੈ ਜੀ ਸੋ ਫਿਲਹਾਲ ਇਹਨਾਂ ਦਾ ਈਮੇਲ ਤੇ ਰਿਪਲਾਈ ਆ ਜਾਂਦਾ ਬਟ ਗੱਲ ਕਰਾਂ ਕੰਟੈਕਟ ਨੰਬਰ ਦੀ ਕੰਟੈਕਟ ਨੰਬਰ ਕਦੀ ਨਹੀਂ ਚੱਕਤੇ ਬਟ ਈਮੇਲ ਮੈਂ ਕਿਤੀ ਈਮੇਲ ਦਾ ਰਿਪਲਾਈ ਕਰ ਦਿੰਦੇ ਆ ਸੋ ਫਿਲਹਾਲ ਲੇਟੈਸਟ ਹੀ ਇਹ ਜਿਹੜੇ ਸਰਕੂਲਰਸ ਐ 9:30 ਵਜੇ ਰਾਤ ਦੇ ਅਪਡੇਟ ਹੋਏ ਨੇ ਅਤੇ ਇਹ ਜਿਹੜੀ ਮੈਂ ਵੀਡੀਓ ਟਾਣਾ ਸ਼ੇਅਰ ਕਰਦਾ ਪਿਆ ਇਹ ਹੋਈ ਜੀ ਮੈਂ ਵੀਡੀਓ ਬਣਾਉਂਦਾ ਪਿਆ 9:00 ਵਜੇ 20 ਮਿੰਟ ਤੇ ਇਹ ਲੇਟੈਸ ਹੈ ਤੁਸੀਂ ਇਥੋਂ ਦੇਖ ਵੀ ਸਕਦੇ ਹੋ ਡੇਟ ਐਂਡ ਟਾਈਮ ਮੈਂ ਤੁਹਾਨੂੰ ਗੂਗਲ ਤੇ ਸਰਚ ਕਰ ਦਿੰਨਾ ਜਿਨ੍ਹਾਂ ਤੁਹਾਨੂੰ ਕਲੈਰਟੀ ਹੋ ਜਾਊਗੀ ਕਿ ਇਹ ਅਪਡੇਟ ਕਿਸਲੇ ਹੋਏ ਐ ਡੇਟ ਐਂਡ ਟ ਠੀਕ ਹੈ ਦੇਖ ਸਕਦੇ ਹੋ 29 ਸਤਾਈ ਹੋਇਆ ਹੈ 27 ਅਕਤੂਬਰ ਅੱਜ ਦੀ ਡੇਟਾ ਤੇ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਜਿਹੜਾ ਮੈਂ ਤੁਹਾਡੇ ਸਾਹਮਣੇ ਸਰਕੂਲਰ ਰੀਡ ਕੀਤਾ 27 ਤਰੀਕ ਦਾ ਹੈ ਸੋ ਇਹ ਤਿੰਨ ਸਰਕੂਲਰ ਮੈਂ ਇੱਥੇ ਤੁਹਾਡੇ ਸਾਹਮਣੇ ਪ੍ਰੈਸ ਰਿਲੀਜ਼ ਠੀਕ ਹੈ ਜੀ ਇੱਥੇ ਤੁਹਾਡੇ ਰੀਡ ਕੀਤੇ ਹੈ ਇੱਕ ਵੇਸ ਸੀਗਾ ਕਿ ਜਿਹੜੀ ਡੇਟਸ ਵੇਰ ਐਕਸਟੈਂਡ ਹੋ ਗਈਆਂ ਕਰੈਕਸ਼ਨ ਪੈਨਲ ਦੂਸਰਾ ਸੀਗਾ ਅਤੇ ਥਰਡ ਜਿਹੜੀ ਈਟੀਟੀ ਐਗਜ਼ਾਮ ਦੀ ਡੇਟ ਹੈ ਉਹ ਠੀਕ ਹੈ ਜੀ ਰਿਲੀਜ਼ ਹੋ ਗਈ ਹੈ 29 ਤਰੀਕ ਨੂੰ ਤੁਹਾਡਾ ਐਗਜ਼ਾਮ ਹੈ ਸੰਡੇ ਨੂੰ 10 ਤੋਂ 11:40 100 ਮਿੰਟ ਦਾ ਐਗਜ਼ਾਮ ਹੈ ਸੋ ਇਹ ਤਿੰਨ ਰੀਸੈਂਟਲੀ ਹੀ ਪਬਲਿਕ ਨੋਟਿਸ ਪਲਸ ਸਰਕੂਲਰਸ ਵੈਬਸਾਈਟ ਤੇ ਅਪਡੇਟ ਹੋਏ ਨੇ ਜੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੁਰੀ ਜਾਂ ਕੋਈ ਸਵਾਲ ਹੁੰਦਾ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਉਹਦਾ ਰੈਜ਼ੋਲੂਸ਼ਨ ਲੈ ਸਕਦੇ ਹੋ ਕਾਫੀ ਜ਼ਿਆਦਾ ਸਟੂਡੈਂਟਸ ਨੂੰ ਪ੍ਰੋਬਲਮ ਆ ਰਹੀ ਹੈ ਉਹਨਾਂ ਦੇ ਮਾਸਟਰ ਕੈਡਰ ਦੇ ਰੈਸ਼ ਨੰਬਰ ਪਲਸ ਪਾਸਵਰਡ ਨਹੀਂ ਮਿਲਦੇ ਤੇ ਰਿਕਵਰੀ ਪ੍ਰੋਸੈਸ ਅਸੀਂ ਅਪਲੋਡ ਕੀਤਾ ਹੋਇਆ ਹੈ ਜੇਕਰ ਫਿਰ ਵੀ ਨਹੀਂ ਮਿਲਦੇ ਉਹਦਾ ਸੋਲੂਸ਼ਨ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਲੈ ਸਕਦੇ ਹੋ ਸੋ ਹੋ ਸਕੇ ਤਾਂ ਫਰੈਂਡਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਬਿਕੋਜ਼ ਇਹ ਜਿਹੜੀ ਮੈਂ ਤੁਹਾਨੂੰ ਇਨਫੋਰ ਮਾਸਟਰ ਕੈਡਰ ਵਾਲੇ ਜਿਹੜੇ ਸਟੂਡੈਂਟਸ ਹਨ ਉਹਨਾਂ ਦਾ ਐਗਜ਼ਾਮ ਡੇਟ ਵੀ ਜਲਦੀ ਹੀ ਵੈਬਸਾਈਟ ਤੇ ਰਿਲੀਜ਼ ਹੋ ਜਾਊਗੀ। ਤੋਂ ਉਸ ਦੇ ਰਿਗਾਰਡਿੰਗ ਸੱਜਣਾ ਜੁੜੇ ਰਹੋ ਕਿ ਦਆਂ ਦੀਆਂ ਫੋਰ ਮੋਰ ਅਪਡੇਟਸ ਵਾਸਤੇ। ਵੀਡੀਓ ਅੱਛੀ ਲੱਗੀ ਹੋਈ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਪਲੱਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਸੋ ਦੈਂਟ ਫਿਊਚਰ ਜਿਹੜੀਆਂ ਵੀ ਇਦਾਂ ਦੀਆਂ ਲੇਟਰ ਅਪਡੇਟਸ ਆਣਗੀਆਂ ਉਹਦਾ ਜਿਆ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਟਾਈਮ ਨਹੀਂ ਮਿਲਦਾ ਰਹੇ। ਸੋ ਥੈਂਕ ਯੂ ਫਰੈਂਡਸ ਫॉर ਵਾਚਿੰਗ ਦਿਸ ਵੀਡੀਓ ਐਂਡ ਫॉर ਯੋਰ ਅਵੇਲੇਬਲ ਟਾਈਮ।